15ਵੀਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਮੌਕੇ ਅਕਾਲੀ ਵਿਧਾਇਕਾਂ ਨੇ ਸਦਨ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਇਲਜ਼ਾਮ ਲਗਾਇਆ ਕਿ 4300 ਕਰੋੜ ਰੁਪਏ ਦਾ ਬਿਜਲੀ ਘੁਟਾਲਾ ਹੈ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਵਿਕਰਮ ਸਿੰਘ ਮਜੀਠੀਆ ਨੇ ਕੀਤੀ, ਜਿਨ੍ਹਾਂ ਨੇ ਸੂਬਾ ਸਰਕਾਰ ਤੇ ਖਪਤਕਾਰਾਂ ਤੇ ਵਾਧੂ ਬੋਝ ਪਾਉਣ ਦਾ ਦੋਸ਼ ਵੀ ਲਗਾਇਆ। ਵਿਰੋਧੀ ਧਿਰ ਨੇ ਕੁਝ ਪਰਿਵਾਰਾਂ ਜਿਨ੍ਹਾਂ ਨੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕੀਤਾ ਨੂੰ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਤੇ ਇਕੱਠਾ ਕੀਤਾ। ਇਨ੍ਹਾਂ ਨੇ ਕਾਂਗਰਸ ਉੱਤੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਪ੍ਰਬੰਧਨ ਨਾਲ ਅੰਡਰਹੈਡ ਡੀਲ ਕਰ ਰਹੀ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ 4100 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇਸ ਮੌਕੇ ਤੇ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਸਰਕਾਰ ਅਸਲੀ ਮੁੱਦਿਆਂ ਤੋਂ ਧਿਆਨ ਹਟਾ ਕੇ ਦੂਜੇ ਪਾਸੇ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਸਲੀ ਮੁੱਦਿਆਂ ਤੇ ਗੱਲਬਾਤ ਕਰਨਗੇ ਅਤੇ ਸਰਕਾਰ ਦਾ ਧਿਆਨ ਇਨ੍ਹਾਂ ਮੁੱਦਿਆਂ ਵੱਲ ਦਵਾਇਆ ਜਾਵੇਗਾ। ਸਭ ਤੋਂ ਪਹਿਲਾਂ ਮੈਂ CM ਸਾਹਿਬ ਨੂੰ ਚਾਹੂੰਗਾ ਕਿ ਮੈਚ ਫਿਕਸਿੰਗ ਤਾਂ ਤੁਹਾਡੀ ਐਡੀ ਜ਼ਬਰਦਸਤ ਚੱਲਦੀ ਆ, ਸਭ ਤੋਂ ਵੱਡੀ ਬਿੱਗ ਫਿਸ਼ ਹੈ ਸਿਮਰਨਜੀਤ ਸਿੰਘ ਸੰਧੂ, ਜਿਹੜਾ ਇਟਲੀ 'ਚ ਹੈ। ਉਹਦੇ ਫਾਦਰ ਨੂੰ ਸਰਬਜੀਤ ਸਿੰਘ ਸੰਧੂ ਨੂੰ ਆ ਨੋਟੀਫਿਕੇਸ਼ਨ ਜਾਰੀ ਹੋਇਆ 2006 ਦਾ, ਗਵਰਨਰ ਆਫ ਪੰਜਾਬ ਇਜ਼ ਪਲੀਜ਼ ਟੂ ਅਪੁਆਇੰਟ ਦਾ ਫੋਲੋਇੰਗ ਪਰਸਨ ਐਜ਼ ਮੈਂਬਰਸ ਆਫ ਦਾ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ। ਤੁਸੀਂ ਉਹਨੂੰ ਸਰਵਿਸ ਸਿਲੈਕਸ਼ਨ ਬੋਰਡ ਦਾ ਜਿਹੜਾ ਮੇਜਰ ਬਿੱਗ ਫਿਸ਼ ਹੈ, ਉਹਦੇ ਫਾਦਰ ਨੂੰ PPSC ਦਾ ਮੈਂਬਰ ਲਾਇਆ, ਉਹਦੇ ਬਾਰੇ ਵੀ ਥੋੜ੍ਹਾ ਦੱਸੋ। ਕਾਂਗਰਸ ਦਾ ਬਿੱਗ ਫਿਸ਼ ਉਹਦਾ ਕਾਂਗਰਸ ਪਰਿਵਾਰ ਹੈ। ਅਗਲੀ ਗੱਲ ਆ ਗਏ ਜੀ, ਸਾਹਿਲ ਸ਼ਰਮਾ ਆ ਫੜੀ ਜਾਇਓ ਜੀ, ਮਾੜਾ ਜਿਹਾ ਇੱਕ ਕਰਕੇ ਬਣਾਇਓ। ਆ ਗਏ ਸਾਹਿਲ ਸ਼ਰਮਾ, ਸਾਹਿਲ ਸ਼ਰਮਾ ਇਹ ਉਹਦਾ ਭਰਾ ਕਪਿਲ ਸ਼ਰਮਾ, ਇਹ ਪ੍ਰਦੀਪ ਸ਼ਰਮਾ ਜਿਹੜਾ ਕਾਉਂਸਲਰ ਹੈ। ਉੱਤੇ ਫੋਟੋ ਕਿਹਦੀ ਲਾਈ ਆ? ਕੋਈ ਛੱਡਿਆ ਸੋਨੀਆ ਗਾਂਧੀ ਤੋਂ, ਰਾਹੁਲ ਗਾਂਧੀ ਤੋਂ, ਪ੍ਰਿਅੰਕਾ ਗਾਂਧੀ ਤੋਂ, ਕੈਪਟਨ ਤੋਂ ਲੈ ਕੇ ਕੋਈ ਪੰਜਾਬ ਦਾ? ਮਗਰ ਉਹਦੇ ਬਾਰੇ ਕੋਈ ਜਵਾਬ ਨਹੀਂ, ਜਿਹਦੇ ਘਰ 'ਚੋਂ ਬੜੀ ਵੱਡੀ ਰਿਕਵਰੀ ਹੋਈ। ਅਗਲੀ ਆ ਫੋਟੋ, ਮੈਂ CM ਸਾਹਿਬ ਨੂੰ ਚਾਹੂੰਗਾ ਕਿ ਇਹ ਫੋਟੋ ਵੀ ਹੈਂਡ ਓਵਰ ਕਰ ਦੇਣ। ਇਹ ਪ੍ਰਦੀਪ ਸ਼ਰਮਾ ਜਿਹਦੇ ਘਰ 'ਚੋਂ, ਜਿਹੜਾ ਕਹਿੰਦਾ ਮੈਂ ਆਪਦੀ ਵਾਈਫ ਨਾਲ ਛੱਡ ਛਡਾ ਹੋ ਗਿਆ, ਘਰ ਇਹਦੇ ਨਾਂ 'ਤੇ ਹੈ, ਹਾਲੇ ਤੱਕ ਕਾਰਵਾਈ ਕਿਉਂ ਨਹੀਂ? ਇਹ ਲੋਕਾਂ ਦੇ ਮੂੰਹ 'ਚ ਅੱਖਾਂ 'ਚ ਘੱਟਾ ਪਾ ਰਿਹਾ, ਉਹ ਵੀ ਜਵਾਬ ਦੇ ਦੇਣ। ਅਗਲੀ ਗੱਲ ਇਹ ਸਿਮਰਨਜੀਤ ਸਿੰਘ ਸੰਧੂ ਆ ਜਿਹੜਾ ਆ ਉਹਦੇ ਫਾਦਰ ਦਾ ਨਾਂ, ਇਹ ਸਾਰਾ ਕਿੰਗ ਪਿੰਨ। ਫਿਰ ਅਗਲਾ ਆ ਜਾਓ, ਆਹ ਪ੍ਰਦੀਪ ਸ਼ਰਮਾ। ਮੈਂ ਵੀ ਕਹਾਂ ਸਪੀਕਰ ਸਾਹਿਬ ਇੱਕ ਤਰਫਾ ਕਾਰਵਾਈ ਕਿਉਂ ਕਰ ਰਹੇ ਆ? ਆਹ ਪ੍ਰਦੀਪ ਸ਼ਰਮਾ ਸਾਹਿਲ ਸ਼ਰਮੇ ਦਾ ਡੈਡੀ, ਜਿਹਦੇ ਘਰ 'ਚੋਂ ਦੂਜੇ 'ਤੇ ਪਹਿਲੀ ਰੇਡ ਹੋਈ ਹੈ, ਇਕੱਲਾ ਇਹ ਸੈਸ਼ਨ ਨੂੰ ਡੀਰੇਲ ਕਰਨ ਵਾਸਤੇ, ਆਪਣੀਆਂ ਗੱਲੀਆਂ ਕਾਮੀਆਂ ਲੁਕਾਉਣ ਵਾਸਤੇ। ਇਹ ਫੋਟੋ ਵੀ ਦੱਸ ਦਿਓ, ਇਹ ਸਾਰੇ ਕਾਂਗਰਸੀ ਲੀਡਰ ਆ, ਇਹ ਫੋਟੋਆਂ ਦਾ ਵਿਚਾਰ ਹੀ ਆਓ। ਹੁਣ ਮੈਂ ਤਾਂ ਸਾਂਭ ਕੇ ਰੱਖੀਆਂ ਸੀ, ਇਹਨਾਂ ਨੇ ਛੇੜ ਲਿਆ। ਇਹ ਰਾਣਾ, ਇਹ ਪਹਿਲਾਂ ਫੜਿਆ ਗਿਆ ਜੀ 5 ਕਰੋੜ ਦੀ ਹੀਰੋਇਨ ਨਾਲ, ਫਿਰ ਕਾਂਗਰਸ ਇਹਨੂੰ ਬਲਾਕ ਸੰਮਤੀ ਦੀ ਟਿਕਟ ਦਿੰਦੀ ਆ, ਫਿਰ ਇਹ ਫੜਿਆ ਜਾਂਦਾ 7 ਕਰੋੜ ਦੀ ਟਿਕਟ ਨਾਲ, 7 ਕਰੋੜ ਦੀ ਹੀਰੋਇਨ ਦੇ ਨਾਲ। ਨਾਲ ਫੋਟੋ ਕਿਹਦੀ? ਐਡਵਾਈਜ਼ਰ ਟੂ CM, MLA ਸਾਹਿਬ, DC ਸਾਹਿਬ, ਇਹਦੇ ਬਾਰੇ ਵੀ ਕੈਪਟਨ ਸਾਹਿਬ ਦੇਣਗੇ ਫੋਟੋਆਂ ਸਾਰੀਆਂ। ਆ ਉਹਦੀ ਰਣਜੀਤ ਰਾਣੇ ਦੀ ਸਾਰੀ ਖਬਰ ਵੀ ਲੱਗੀ ਸੀ। ਇਸ ਤੋਂ ਬਾਅਦ ਆ ਜਾਓ, ਰੱਖ ਲਓ ਫੇਰ ਲਈ ਆ ਐਕਟਰ, ਇਹ ਐਕਟਰ ਜਿਹੜਾ ਐਕਟਰ ਆਇਆ ਨਾ ਇੱਕ ਮਾਨ, ਆ ਵੇਖੋ ਐਕਟਰ ਕੀ ਤੋਂ ਲੈ ਰਿਹਾ ਗਿਫਟ ਪ੍ਰਾਈਜ਼, ਕਿਹੜੇ ਵਜ਼ੀਰ ਸਾਹਿਬ ਖਲੋਤੇ ਆ, ਇਹਨਾਂ ਦੇ ਕਾਉਂਸਲਰ ਵੀ ਖਲੋਤੇ ਆ, ਸਾਰੇ ਖਲੋਤੇ ਆ, ਐਕਟਰ ਸਾਹਿਬ ਖਲੋਤੇ। ਇਹ ਵੀ ਫੋਟੋ ਦੇ ਦਿਓ ਕੈਪਟਨ ਸਾਹਿਬ, ਫੋਟੋ ਇੱਕ ਨਹੀਂ ਦੇਣੀ ਪੈਣੀ। ਆ ਆਸ਼ੀਰਵਾਦ ਲੈਂਦੇ ਹੋਏ ਸਾਹਿਲ ਸ਼ਰਮਾ, MP ਔਜਲੇ ਤੋਂ ਆਸ਼ੀਰਵਾਦ ਲੈਂਦੇ ਹੋਏ, ਇਹ ਫੋਟੋ ਤਾਂ ਨਹੀਂ ਦੇਣਗੇ ਮੈਨੂੰ ਲੱਗਦਾ, ਇਹ ਫੋਟੋ ਇਹਨਾਂ ਦੇ ਕੰਮ ਦੀਆਂ ਨਹੀਂ। ਅੱਗੇ ਆ ਜਾ ਵੀ ਇੱਧਰ ਜਾ, ਨਹੀਂ ਕੋਹ ਲਿਆ, ਹਾਂ ਇਹ ਜਿਹੜਾ ਮੈਂ ਮੰਗਿਆ। ਹੁਣ ਵੱਡੀ ਗੱਲ ਤੁਸੀਂ ਸਮਝੋ, ਮੈਂ ਚੁੱਪ ਇਸ ਲਈ ਰਿਹਾ ਕਿਉਂਕਿ ਮੈਂ ਵੀ ਚਾਹੁੰਦਾ ਸੀ ਸੈਸ਼ਨ 'ਚ ਕੰਮ ਆਵੇ ਅਤੇ ਫਿਰ ਮੈਂ ਪਰਦਾ ਫਾਸ਼ ਕਰਾਂ। ਆ ਦੇਖੋ, ਆ ਮੇਲਾ ਮਨਾਇਆ, ਇਹ ਗੱਲ ਕਰਦੇ ਨਾ ਅਨਵਰ ਮਸੀਹ ਦੇ ਨਾਲ, ਜਿਹੜੀ ਫੋਟੋ ਚੈੱਕ ਕਰਿਓ, ਅਨਵਰ ਮਸੀਹ ਨਾਲ ਮੇਰੀ ਫੋਟੋ ਤਾਂ ਵਿਖਾ ਰਹੇ ਆ 14-15 ਦੀ। ਇਹ ਇੰਸੀਡੈਂਟ ਹੈ 19 ਦਾ, 19 ਐਂਡ ਦਾ। ਆ ਮੈਂ ਤੁਹਾਨੂੰ ਤਾਜ਼ੀ ਫੋਟੋਆਂ ਦਿਖਾਉਣ ਲੱਗਿਆ 19 ਦੀਆਂ। ਆ ਇਹਨਾਂ ਨੇ ਮਨਾਇਆ ਕੈਪਟਨ ਸਾਹਿਬ ਦੀ ਫੋਟੋ, ਜਾਖੜ ਸਾਹਿਬ ਦੀ ਫੋਟੋ, ਔਜਲੇ ਦੀ ਫੋਟੋ, ਸਿੱਧੂ ਦੀ ਫੋਟੋ, ਸੋਨੀ ਦੀ ਫੋਟੋ, ਵੇਰਕੇ ਦੀ ਫੋਟੋ, ਬੁਲਾਰੀਏ ਦੀ ਫੋਟੋ, ਆ ਆਪਣੇ ਦੀ ਦੱਤੀ ਦੀ ਫੋਟੋ, ਰਿੰਟੂ ਮੇਅਰ ਦੀ ਫੋਟੋ, ਕੋਈ ਫੋਟੋ ਛੱਡੀ ਕੋਈ ਨਹੀਂ। ਆ ਬੋਰਡ ਲਵਾਏ ਕਿਉਂਕਿ 17 ਦੀ ਇਲੈਕਸ਼ਨ, 18 ਦੀ ਸਭ ਤੋਂ ਵੱਡੀ ਗੱਲ ਨੋਟ ਕਰਿਓ, ਇਹ ਲੀਡਰ ਨੇ ਕ੍ਰਿਸਚਨ ਦਲਿਤ ਫਰੰਟ ਦੇ। ਕ੍ਰਿਸਚਨ ਦਲਿਤ ਫਰੰਟ ਦਾ ਪ੍ਰਧਾਨ ਕੌਣ? ਬਾਊ
ਮਨਵਰ ਮਸੀਹ, ਉਹ ਮੈਂ ਜਿਹੜਾ ਤੈਨੂੰ ਦਿੱਤਾ ਸੀ ਉਹ ਕੱਢ ਕੇ ਦੇ, ਬਾਊ ਮਨਵਰ ਮਸੀਹ ਦਾ ਦੇਈ। ਇਕੱਲਾ ਪੰਜਾਬ 'ਚ ਇੱਕ ਚੇਅਰਮੈਨ ਅੱਜ ਬੈਠਿਆ ਹੋਇਆ ਕੁਰਸੀ 'ਤੇ, ਅਪੁਆਇੰਟਡ ਸਾਡੇ ਵੇਲੇ ਸੀ, ਮਗਰ ਪੰਜਾਬ ਦੀ ਅੱਜ ਵੀ ਚੇਅਰਮੈਨ ਦੀ ਕੁਰਸੀ 'ਚ ਬੈਠਿਆ ਬਾਊ ਮਨਵਰ ਮਸੀਹ। ਕਿਉਂ? ਕਿਉਂਕਿ ਉਹਨੇ ਜਾਖੜ ਸਾਹਿਬ ਦੀ ਵੱਡੀ ਮਦਦ ਕੀਤੀ ਔਰ ਇਸ ਲਈ ਉਹਨੂੰ ਐਕਸਟੈਂਸ਼ਨ ਦਿੱਤੀ, ਬਾਕੀ ਸਾਰੇ ਸਾਡੇ ਚੇਅਰਮੈਨ ਲਾ ਤੇ। ਇਹ ਜਿਹੜਾ ਅਸਲੀ ਦੱਸਦੇ ਕਿਉਂਕਿ 17 ਦੀ ਇਲੈਕਸ਼ਨ, 18 ਦੀ ਜਾਖੜ ਸਾਹਿਬ ਦੀ ਬਾਈ ਇਲੈਕਸ਼ਨ ਅਤੇ 19 ਦੀ ਇਲੈਕਸ਼ਨ, ਇਹ ਸਾਰੇ ਬੰਦਿਆਂ ਨੇ ਕਾਂਗਰਸ ਦੀ ਮਦਦ ਕੀਤੀ। ਹੁਣ ਵੇਖੋ ਇੱਕ ਤੀਜੀ ਲਿਆ, ਆਹ ਫੋਟੋ 'ਤੇ ਖੜ੍ਹਾ ਜੀ, ਆਹ ਬਾਊ ਮਨਵਰ ਚੇਅਰਮੈਨ ਮਾਇਨੋਰਟੀ ਕਮਿਸ਼ਨ ਜਿਹਨੂੰ ਐਕਸਟੈਂਸ਼ਨ ਮਿਲੀ ਆ 20 ਤੱਕ, ਜਾਖੜ ਸਾਹਿਬ ਦਵਾ ਰਿਹਾ, ਸੁੱਖੀ ਰੰਧਾਵਾ ਦਵਾ ਰਿਹਾ, ਇਹਨਾਂ ਦੇ ਵਜ਼ੀਰ ਦਵਾ ਰਹੇ, ਆਹ ਨਾਲ ਬਾਊ ਇਹਦੇ ਨਾਲ ਅਨਵਰ ਖਲੋਤਾ। ਹੁਣ ਅਗਲੀ ਗੱਲ ਦਿਖਾ ਦੇ, ਆਹ ਤੁਹਾਨੂੰ ਕੰਮ ਦੀ ਫੋਟੋ ਵਿਖਾਉਂਦਾ ਇੱਕ, ਨਹੀਂ ਉਹ ਕੋਲ ਆ ਜਿਹੜੀ ਇਹਦੇ ਨਾਲ ਫੋਟੋ ਸੀ, ਉਹ ਜਿਹੜੀ ਇਹਦੇ 'ਚ ਕੋਰ ਫੋਟੋ ਸੀ ਵਜ਼ੀਰ ਨਾਲ, ਵਜ਼ੀਰ ਨਾਲ ਜਿਹੜੀ ਉਹ ਸੋਸ਼ਲ 19 'ਚ ਇੱਕ ਸੋਸ਼ਲ ਮੀਡੀਆ 'ਚ ਇਹ ਆਪ ਅਪਲੋਡ ਕਰਦੇ ਆ ਫੋਟੋ, ਉਹ ਸੋ ਖੋਲ੍ਹ ਕੇ ਦੇ ਦੇਣਾ ਮੇਰਾ ਵੀਰ, ਜਿਹਦੇ 'ਚ ਉਹ ਨਾਲ ਖਲੋਤਾ ਯਾਰ ਯਾਰ ਇਹ ਆ ਉਹ ਦੇ ਇਸ ਫੋਟੋ ਦੇ ਨਾਲ ਜਿੱਥੇ ਉਹ ਬੈਠਿਆ ਵਿਦ ਮਿਨਿਸਟਰ, ਮਿਨਿਸਟਰ ਦੇ ਨਾਲ ਜਿਹੜੀ ਫੋਟੋ। ਹੁਣ ਮੈਂ ਮਿਨਿਸਟਰ ਵੀ ਦੱਸ ਦਿੰਦਾ ਤੁਹਾਨੂੰ ਕਿਹੜਾ, ਇਹ ਜਿਹੜਾ ਰਲ ਮਿਲ ਕੇ ਅੰਦਰ ਕਰਦੇ ਆ ਨਾ, ਇਹ ਬਾਕੀ ਫੋਟੋਆਂ ਦਾ ਵੀ ਜਵਾਬ ਦੇਣ। ਫਿਰ ਇੱਕ ਫੋਟੋ ਸਾਰਜ ਕਰਕੇ ਆ, ਜਿਹਨੇ ਸਾਰਜ ਤੁਸੀਂ ਕੱਢਿਓ ਕੇਸ ਤਰਨ ਤਾਰਨ ਦਾ, ਆਹ ਮੈਂ ਤੁਹਾਨੂੰ ਦੇਣ ਲੱਗਿਆ, ਇਹ ਸਾਰਜ ਨੇ 2 ਪੁਲਿਸ ਵਾਲੇ ਮਾਰੇ, ਵੱਡੀ ਹੀਰੋਇਨ ਦੀ ਰਿਕਵਰੀ ਹੋਈ। ਇਹ ਭੁੱਲਰ ਸਾਹਿਬ ਨਾਲ ਇਹਦੀ ਫੋਟੋ ਆ, ਭੁੱਲਰ ਸਾਹਿਬ ਨਾਲ ਇਹਦੀ ਫੋਟੋ ਆ, ਆਹ ਸੋਰੀ ਆ ਉਹਦੀ ਫੋਟੋ ਆ ਸਾਰੇ 'ਚ ਦੀ, 2 ਕਾਂਸਟੇਬਲ ਮਾਰੇ ਆ ਔਰ SSP ਉੱਥੇ ਲੱਗਿਆ ਸੀ ਆਪਣਾ ਚਾਲ, ਜਿਹਨੇ ਉਹਨੂੰ ਫੜ ਕੇ ਅੰਦਰ ਦਿੱਤਾ, ਇਹ ਚਾਲ ਨਾਲ ਲੜੇ ਔਰ ਚਾਲ ਦੀ ਟ੍ਰਾਂਸਫਰ ਚੱਕ ਕੇ ਕਰਵਾਤੀ, ਕਿਉਂਕਿ ਉਹਨੇ ਸਾਰਜ ਸਿੰਘ ਫੜਿਆ, ਜਿਹਦੀ ਫੋਟੋ ਕਪਤਾਨ ਸਾਹਿਬ ਨਾਲ ਵੀ, ਉਹ ਵੀ ਮੈਂ ਦੇ ਦੂੰਗਾ ਕਪਤਾਨ ਸਾਹਿਬ ਨੂੰ ਵੀ ਦੇ ਦੂੰ। ਹੁਣ ਆਹ ਫੋਟੋ ਵੇਖ ਲਿਓ, ਆਹ ਹੈਗੀ 11 ਜੁਲਾਈ 2019, ਵੇਖ ਰਹੇ ਜੀ 11 ਜੁਲਾਈ 2019, ਆਹ ਫੋਟੋ ਵੇਖੋ, ਆਹ ਕੌਣ ਮੰਤਰੀ ਜੀ ਖਲੋਤੇ ਆ, ਕਿਹੜੇ ਮੰਤਰੀ ਜੀ ਖਲੋਤੇ ਆ, ਸੁੱਖੀ ਰੰਧਾਵਾ, ਨਾਲ ਕੌਣ ਖਲੋਤਾ, ਮਨਵਰ ਮਸੀਹ, ਇੱਧਰ ਅੱਗੇ ਕੌਣ ਬੈਠਿਆ, ਅਨਵਰ ਮਸੀਹ, ਆਹ ਫੋਟੋ ਅਨਵਰ ਦੀ, ਆਹ ਨਾਲ ਅਨਵਰ ਖਲੋਤਾ, ਮੂੰਹ ਇਸ 'ਚ ਪਰਾਂ ਨੂੰ ਕੀਤਾ, ਇੱਥੇ ਨਾਲ ਖਲੋਤਾ। ਇਹ ਸਾਰੀ ਫੋਟੋਆਂ ਮੈਂ ਵੀ CM ਸਾਹਿਬ ਨੂੰ ਇੱਕ ਬੰਡਲ ਬਣਾ ਕੇ ਦੇ ਆਊਂਗਾ, ਵੈਸੇ ਮੇਰੇ ਤੋਂ ਤਾਂ ਲੈਣੀ ਨਹੀਂ, ਕਿਉਂਕਿ ਦਬਾਅ ਸਰਕਾਰ 'ਚ ਅੱਜ ਕੱਲ੍ਹ ਦਬਾਅ ਕਿ ਸਰਕਾਰ 'ਚ ਹਿਲਜੁਲ ਹੋ ਰਹੀ ਹੈ ਤਾਂ ਇਹ ਡਰਾਮਾ ਰਚਿਆ, ਮਗਰ ਫੋਟੋਆਂ ਸਾਰੀਆਂ ਦੇ ਦਿਓ। ਔਰ ਅਜੇ ਰਾਜੇ ਬੜਿੰਗ ਦੀਆਂ ਫੋਟੋਆਂ ਰਹਿ ਗਈਆਂ, ਹਾਲੇ 5-6 ਹੋਰ ਮੰਤਰੀਆਂ ਦੀਆਂ ਰਹਿ ਗਈਆਂ, ਅਸੀਂ ਸਾਰਾ ਹੀ ਇੱਕ ਵਧੀਆ ਬਣਾ ਕੇ ਨਾ ਇਹਨਾਂ ਨੂੰ ਬੁਲਾਰੀਏ ਦੀ ਸੱਤੇ ਨਾਲ, ਉਹ ਰਹਿ ਗਈਆਂ ਉਹ ਵੀ ਦੇ ਦਿਆਂਗੇ, ਸਾਰੀਆਂ ਹੀ ਫੋਟੋ ਚੱਕ ਕੇ ਚੰਗੀ ਤਰ੍ਹਾਂ ਦੇ ਦਿਓ ਜਿੱਥੇ ਦੇਣੀਆਂ, ਅਤੇ ਜੋ ਕਰਨਾ ਕਰਿਓ, ਮਗਰ ਰਾਜਨੀਤੀ ਲੋਕਾਂ ਦੇ ਮੁੱਦਿਆਂ ਤੋਂ ਜਿਹੜਾ ਧਿਆਨ ਭਟਕਾਊ ਗੱਲਾਂ ਨੇ ਉਹ ਇੱਥੇ ਨਹੀਂ ਚੱਲਣ ਦੇਵਾਂਗੇ, ਅਸੀਂ ਤਗੜੇ ਹੋ ਕੇ ਲੋਕਾਂ ਦੇ ਮੁੱਦੇ ਚੱਕਦੇ ਰਹਾਂਗੇ। ਥੈਂਕ ਯੂ।